ਚਲੋ ਦੋਸਤੋ ਮੇਰੀ ਫੋਟੋ ਹੋ ਚੁੱਕੀ ਹੈ। ਪੈਰੀ ਚਲਾ ਗਿਆ ਸੀ ਪਾਣੀ ਭਾ ਬਣਾ ਕਰਮੇ ਭੋਲ ਕਰਕੇ ਪਾਇਆ ਹੈਗਾ ਭਾਈ ਯਾਰ ਲੱਤ ਸਾਰੀ ਖੁੱਪੜੀ ਆ ਇਹ ਕੀ ਗੱਲ ਕੱਦੂ ਤੁਸੀਂ ਕੱਦੂ ਕੱਚਾ ਹੀ ਰਹਿਣ ਤਾਂ ਕੋਈ ਕੱਦੂ ਕੀਤਾ ਤੁਸੀਂ ਹੋਰ ਕੀ ਕੱਦੂ ਮੂਲੀ ਕੀਤੀ ਮੈਂ ਉਥੋਂ ਕਈ ਲਿਆ ਟੱਪ ਮਾਰਦਾ ਤੇਰੇ ਮੂੰਹ ਤੇ ਇੱਥੋਂ ਲੱਗਾ ਨੀ ਉਹ ਨਾ ਜਾਈ ਹਾਂਜੀ ਦੋਸਤੋ ਆਪਾਂ ਇੱਕ ਨਿਊ ਵੀਡੀਓ ਲੈ ਕੇ ਆਇਆ ਜੋ ਕਿ ਕੈਂਡੀ ਸਟੂਡੀਓ ਵੱਲੋਂ ਬਣਾਈ ਗਈ ਹੈ ਅਤੇ ਵੀਡੀਓ ਦਾ ਨਾਮ ਹੈਗਾ ਆ ਝੋਨਾ ਲਾਉਣ ਵਾਲਾ ਅਤੇ ਦੋਸਤੋ ਵੀਡੀਓ ਦੇਖਦੇ ਹਾਂ ਅਤੇ ਤੁਸੀਂ ਵੀ ਇਹ ਵੀਡੀਓ ਲਾਸਟ ਤੱਕ ਜ਼ਰੂਰ ਦੇਖਣੀ ਆ ਬਹੁਤ ਫਨੀ ਹੋਣ ਵਾਲੀ ਆ ਵੀਡੀਓ ਅਤੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਸਹੀ ਗੱਲ ਆ ਤੂੰ ਲੈ
ਤੂੰ ਜਨਵਰੀ ਮਹੀਨੇ ਲੈ ਕੰਮ ਤੇ ਕਰਦੇ ਆ ਨਾ ਤੂੰ ਪੱਥੋਂ ਤਾਂ ਲੱਗਾ ਤੂੰ ਆਪੇ ਤੂੰ ਉਹ ਗੱਲ ਠੰਡ ਰੱਖ ਤੂੰ ਬਾਬਾ ਜੀ ਗਰਮ ਆਉਂਦੇ ਲਾਉਂਦਿਆਂ ਬਾਬਾ ਤੂੰ ਤੇ ਜਾਣ ਦਾ ਨਾਂ ਨੀ ਲੈਂਦਾ ਮੇਰਾ ਜਿਹੜੀ ਚੀਜ਼ ਦੀ ਲੋੜ ਹੈ ਤੈਨੂੰ ਕਿਹਾ ਤੂੰ ਲਿਆ ਲਿਆ ਦੇਈ ਜਾ ਇਹ ਲਾਈ ਜਾਂਦੇ ਆ ਲੋੜ ਕਾਹਦੀ ਤੈਨੂੰ ਦੱਸ ਮੈਨੂੰ ਪਈ ਦੱਸੋ ਭਾਈ ਕੀ ਲੋੜ ਆ ਮੈਨੂੰ ਦੋ ਚੀਜ਼ਾਂ ਦੀ ਲੋੜ ਵਾ ਬਾਬਾ ਤੇਰੀ ਇੱਕ ਮੈਨੂੰ ਛਤਰੀ ਦੀ ਲੋੜ ਵਾ ਇੱਕ ਬੰਦੇ ਦੀ ਲੋੜ ਜਿਹੜਾ ਫੜ ਕੇ ਖਲੋਏ ਮੇਰੀ ਗੱਲ ਸੁਣਦਾ ਤੂੰ ਝੋਨਾ ਲਾਉਂਦੇ ਆ ਭਾਪੇ ਦੀ ਸ਼ੀਪ ਲਾਉਂਦੇ ਆ ਤੂੰ ਸ਼ੀਪ ਬਾਬਾ ਕਿਹੜੀ ਲਾਉਣੀ ਸ਼ੀਪ ਲਾਉਣ ਦਾ ਕੋਈ ਕਿਹਾ ਹੀ ਨਹੀਂ ਗਾ ਮੈਂ ਤੇ ਬਾਬਾ ਮੈਨੂੰ ਤੇ ਚੱਕਰ ਆਉਂਦੇ ਬਾਬਾ ਹਾਂਜੀ ਦੋਸਤੋ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਇਹ ਵੀਡੀਓ ਜੋ ਕਿ ਕੈਂਡੀ ਸਟੂਡੀਓ ਵੱਲੋਂ ਬਣਾਈ ਗਈ ਹੈ ਤੇ ਕੈਂਡੀ ਜੀ ਸਾਡੇ ਬਣੇ ਹੋਏ ਨੇ ਝੋਨਾ ਲਾਉਣ ਵਾਲਾ ਤੇ ਬਾਬਾ ਜੀ ਇੱਕ ਤੇ ਉਹ ਉਹਨਾਂ ਨੂੰ ਫੋਰਸ ਕਰਦਾ ਵੀ ਤੁਸੀਂ ਝੋਨਾ ਸਹੀ ਤਰੀਕੇ ਨਾਲ ਕਿਉਂ ਨਹੀਂ ਲਾਉਂਦੇ ਪਏ ਅੱਧਾ ਝੋਨਾ ਤੁਹਾਡਾ ਬਾਹਰ ਪਿਆ ਆ ਕੀ ਕਰਦੇ ਹੋ ਪਰਸੋਂ ਦੇ ਲੱਗਿਆ ਤੁਹਾਡਾ ਇਹਦਾ ਕੰਮ ਕਿਉਂ ਨਹੀਂ ਪੂਰਾ ਹੋਇਆ ਅਤੇ ਸਾਡੇ ਕੈਂਡੀ ਜੀ ਵਿੱਚ ਜੁਗਤਾਂ ਵੀ ਹੋਣ ਰਹੀਆਂ ਨੇ ਅਤੇ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ ਅਤੇ ਉਹ ਦੱਸ ਰਿਹਾ ਵੀ ਝੋਨਾ ਮੈਂ ਲਾ ਵੀ ਰਿਹਾ ਹਾਂ ਅਤੇ ਮੈਨੂੰ ਆਹ ਚੀਜ਼ਾਂ ਚਾਹੀਦੀਆਂ ਨੇ ਲਾਉਣ ਵਾਸਤੇ ਅਤੇ ਬਾਕੀ ਦੋਸਤੋ ਕਈ ਪਾਰਟ ਤਾਂ ਤੁਹਾਨੂੰ ਪਤਾ ਹੀ ਆ ਵਿੱਚ ਬਹੁਤ ਖਾਸ ਨੇ ਵਧੀਆ ਨੇ ਅਤੇ ਫਨੀ ਵੀ ਬਹੁਤ ਨੇ ਜਿਹਨਾਂ ਨੂੰ ਦੇਖ ਕੇ ਹਾਸਾ ਬਹੁਤ ਜ਼ਿਆਦਾ ਆਉਂਦਾ ਗਾ ਅਤੇ ਬਾਕੀ ਦੋਸਤੋ ਤੁਹਾਨੂੰ ਕਿਹੜਾ ਪਾਰਟ ਵਧੀਆ ਲੱਗਦਾ ਆ ਕਮੈਂਟ ਵਿੱਚ ਤਾਂ ਤੁਸੀਂ ਜ਼ਰੂਰ ਦੱਸਣਾ ਹੀ ਦੱਸਣਾ ਗਾ ਅਤੇ ਬਾਕੀ ਤੁਹਾਨੂੰ ਇਹ ਵੀਡੀਓ ਸਾਡੀਆਂ ਕਿਸ ਤਰ੍ਹਾਂ ਦੀ ਲੱਗਦੀਆਂ ਨੇ ਉਹ ਵੀ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਬਾਕੀ ਤੁਸੀਂ ਵੀ ਇਹਨਾਂ ਦੀਆਂ ਵੀਡੀਓ ਦੇਖ ਸਕਦੇ ਹੋ ਸਾਡੇ ਡਿਸਕ੍ਰਿਪਸ਼ਨ ਵਿੱਚ ਇਹਨਾਂ ਦਾ ਓਰੀਜਨਲ ਲਿੰਕ ਹੁੰਦਾ ਗਾ ਉੱਥੇ ਜਾ ਕੇ ਤੁਸੀਂ ਇਹਨਾਂ ਦੀ ਵੀਡੀਓ ਜ਼ਰੂਰ ਦੇਖਿਓ ਅਤੇ ਇਹਨਾਂ ਦੇ ਚੈਨਲ ਨੂੰ ਵੀ ਸਪੋਰਟ ਕਰਿਓ ਸਾਡੇ ਚੈਨਲ ਨੂੰ ਵੀ ਸਪੋਰਟ ਜ਼ਰੂਰ ਕਰਨਾ ਅਤੇ ਦੋਸਤੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਧੰਨਵਾਦ ਜੀ।